ਹੈਲੋ ਹਾਏ ਸਤਿ ਸ਼੍ਰੀ ਅਕਾਲ ਅਦਾਬ ਸਲਾਮ ਤੇ ਧੰਨਵਾਦ ਜੀ ਅੱਜ ਅਸੀਂ ਸਾਰੇ ਜਾ ਰਹੇ ਹਾਂ ਜੰਮੂ ਕਠੂਆ ਪ੍ਰੋਗਰਾਮ ਹੈ ਤੇ ਮੇਰੇ ਨਾਲ ਨੇ ਸੌਰਵ ਜੀ ਪਿੱਛੇ ਸਨਮ ਜੀ ਨੇ ਅਭੀ ਜੀ ਨੇ ਨਦਾਨ ਸਾਹਿਬ ਵੀ ਥੋੜ੍ਹੀ ਦੇਰ ਤੱਕ ਉਹਨਾਂ ਨੂੰ ਆਪਾਂ ਲਵਾਂਗੇ ਰਸਤੇ ਤੋਂ ਤੋ ਜੰਮੂ ਤੋਂ ਜਾਂਦੇ ਜਾਂਦੇ ਮੈਨੂੰ ਗੀਤ ਯਾਦ ਆ ਗਿਆ ਵੀ ਸ਼ਹਿਰ ਜੰਮੂ ਨੂੰ ਚੱਲੇ ਸ਼ਹਿਰ ਜੰਮੂ ਨੂੰ ਚੱਲੇ ਲਵਾਂਗੇ ਨਜ਼ਾਰੇ ਸੋਹਣੀਏ ਨੀ ਪਾਵੇ ਕੱਲਮ ਕੱਲੇ ਆ ਲਵਾਂਗੇ ਨਜ਼ਾਰੇ ਸੋਹਣੀਏ ਨੀ ਪਾਵੇ ਕੰਮ ਕੱਲੇ ਆ ਅਭੀ ਜੀ ਸੁਰ ਲਾਣੇ ਤੇ ਮੇਰੇ ਬੜਾ ਵਧੀਆ ਲੱਗ ਰਿਹਾ ਬੜਾ ਨਾ ਨਾ ਉਹ ਸ਼ਹਿਰ ਜੰਮੂ ਚੱਲੇ ਆ ਸ਼ਹਿਰ ਜੰਮੂ ਚੱਲੇ ਆ ਇਹਨਾਂ ਦੀ ਗਾਇਕੀ ਤੇ ਤੁਹਾਨੂੰ ਪਤਾ ਚਰਚੇ ਵੱਧ ਨੇ ਤੋ ਤੁਸੀਂ ਇਹਨਾਂ ਦੀ ਗਾਇਕੀ ਬਰਦਾਸ਼ਤ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਾਂ ਰਸਤੇ 'ਚ ਹੋਰ ਤੁਹਾਨੂੰ ਇਹਨਾਂ ਦੇ ਸੁਰ ਜੋ ਮਤਲਬ ਜਿਹੜੇ ਵੱਡੇ ਵੱਡੇ ਉਸਤਾਦਾਂ ਕੋਲ ਵੀ ਨਹੀਂ ਲੱਗਦੇ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਅੱਗੇ ਦਾ ਸਫ਼ਰ ਅੱਗੇ ਤੁਹਾਨੂੰ ਵਿਖਾਉਂਦੇ ਹਾਂ ਓਕੇ ਜੀ ਹਾਂਜੀ ਆਪਾਂ ਆਏ ਜੀ ਰਾਹੁਲ ਜੀ ਦੇ ਸਲੂਨ ਤੇ ਨਾਲ ਨਦਾਨ ਸਾਹਿਬ ਨੂੰ ਰਸੀਵ ਕਰ ਲਿਆ ਆਪਾਂ ਉਹ ਰਾਹੁਲ ਜੀ ਕਿਵੇਂ ਹੋ ਬਹੁਤ ਵਧੀਆ ਬਹੁਤ ਵਧੀਆ ਸੰਤੋਖ ਜੀ ਦੱਸੋ ਬਹੁਤ ਵਧੀਆ ਨਦਾਨ ਸਾਹਿਬ ਬੜਾ ਮਾਣ ਕਿੱਥੇ ਚਲੇ ਜੇ ਚੱਲੇ ਆਪਾਂ ਕਠੂ ਕੀ ਬਾਤ ਹੈ ਇੱਧਰ ਭਾਈ ਜੀ ਨਹੀਂ ਰਾਹੁਲ ਭਾਈ ਦੇ ਨਾਲ ਹੁੰਦੇ ਨੇ ਤੇ ਅੱਗੇ ਦਾ ਜੋ ਵੀ ਸਫ਼ਰ ਹੈ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਮੌਜਾਂ ਲੈਣ ਚੱਲੇ ਨਜ਼ਾਰੇ ਲੈਣ ਚੱਲੇ ਜੰਜਾਰੇ ਜ਼ਿੰਦਗੀ ਦੇ ਜੰਜਾਰੇ ਜੰਜਾਰੇ ਭਾਈ ਜਾਰੇ ਜਿਹੜੇ ਜੰਜਾਰੇ ਚਲੋ ਠੀਕ ਹੈ ਜੀ ਓਕੇ ਸਾਡੇ ਨਾਲ ਇੱਕ ਬੜਾ ਹੀ ਪਿਆਰਾ ਕਲਾਕਾਰ ਭਰਾ ਸਾਡਾ ਰੱਬ ਕਿਸੇ ਨੂੰ ਵੀ ਗਾਇਕੀ ਦੀ ਦੇਣ ਦੇ ਸਕਦਾ ਜ਼ਰੂਰੀ ਨਹੀਂ ਹੈ ਕਿ ਕੋਈ ਢਿੱਡ ਤੋਂ ਲੈ ਕੇ ਕੋਈ ਵੀ ਨਹੀਂ ਜੰਮਦਾ ਅਤੇ ਇਹ ਭਰਾ ਵੀ ਬੜਾ ਸੋਹਣਾ ਗਾਉਂਦਾ ਕੁਝ ਨਾ ਕੁਝ ਗਾ ਕੇ ਸੁਣਾਊਗਾ ਚੱਲ ਸੰਨੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸ਼ਨੀ ਅਤੇ ਕਾਫੀ ਚਿਰ ਹੋ ਗਿਆ ਮੈਨੂੰ ਗਾਉਂਦਿਆਂ ਨੂੰ ਇਹ ਮੇਰੇ ਉਸਤਾਦ ਜੀ ਹੈ ਮੈਂ ਇੱਕ ਡੱਬਾ ਬੁੱਲ ਲੱਗਾ ਵਾਂ ਜੇ ਵਧੀਆ ਲੱਗਿਆ ਯੂ ਲਾਈਕ ਤੇ ਕਮੈਂਟ ਕਰਨਾ ਹਾਂ ਬਿਲਕੁਲ ਬਿਲਕੁਲ ਹੋ ਜਿਸ ਯਾਰ ਦੇ ਯਾਰ ਹਯਾਰ ਹੋਵਣ ਤੇ ਉਹਨੂੰ ਆਪਣਾ ਯਾਰ ਨਾ ਸਮਝੀ ਤੇ ਜਿਹੜਾ ਹੱਦ ਤੋਂ ਜ਼ਿਆਦਾ ਪਿਆਰ ਕਰੇ ਉਹਦੇ ਪਿਆਰ ਨੂੰ ਪਿਆਰ ਨਾ ਸਮਝੀ ਤੇ ਜਿਹੜਾ ਹੋਵੇ ਯਾਰ ਤੇ ਉਹਦੀ ਹਾਰ ਨੂੰ ਹਾਰ ਨਾ ਸਮਝੀ ਤੇ ਜਿਹੜਾ ਹੱਦ ਤੋਂ ਜ਼ਿਆਦਾ ਪਿਆਰ ਕਰੇ ਉਹਦੇ ਪਿਆਰ ਨੂੰ ਪਿਆਰ ਨਾ ਸਮਝੀ ਹੋ ਫੁੱਲ ਤੋੜ ਕੇ ਸੁੱਟਿਆ ਕਹਿੰਦੇ ਨੇ ਜਿਹੜਾ ਫੁੱਲ ਹੁੰਦਾ ਵਾ ਜਿਹੜਾ ਸੋਹਣਾ ਹੁੰਦਾ ਗੁਲਾਬ ਦਾ ਉਹਨੂੰ ਤੋੜ ਦਿੰਦੇ ਤੇ ਉਹ ਇੱਦਾਂ ਲੱਗਦਾ ਵੀ ਫੜਨ ਨੂੰ ਜੀ ਨਹੀਂ ਕਰਦਾ ਕੀ ਕਰੇ ਜੇ ਟਾਹਣੀ ਤੇ ਲੱਗਾ ਰਹੇ ਕਿੰਨਾ ਸੋਹ ਟਾਹਣੀ ਤੇ ਲੱਗਾ ਬਹੁਤ ਸੋਹਣਾ ਲੱਗਿਆ ਹੋ ਫੁੱਲ ਤੋੜ ਕੇ ਸੁੱਟਿਆ ਹੋ ਗੈਰਾਂ ਨਾਲ ਜਾਣ ਵਾਲੀਏ ਦਿਲ ਰਾਹੁਲ ਦਾ ਲੁੱਟੇ ਜੀਓ 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 ਕਲੈਪਿੰਗ ਮਾਲਕ ਤੈਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ ਚੜ੍ਹਾ ਮਾਲਕ ਤੈਨੂੰ ਬੁਲੰਦੀਆਂ ਤੇ ਪਹੁੰਚਾਏ ਠੀਕ ਹੈ ਓਕੇ ਜੀ ਓਕੇ ਠੀਕ ਹੈ ਜੀ ਮੇਰੇ ਮੌਲਾ ਤੇਰੇ ਕਦਮਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਰੇ ਮੇਰੇ ਮੌਲਾ ਤੇਰੇ ਕਦਮਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਰੇ ਜਿਹੜਾ ਆਉਣਾ ਇੱਕ ਇੱਕ ਸਾ ਜਿਹੜਾ ਆਉਣਾ ਇੱਕ ਇੱਕ ਸਾ ਉਹ ਵੀ ਵਿੱਚ ਬੰਦਗੀ ਗੁਜ਼ਰੇ ਮੇਰੇ ਮੌਲਾ ਤੇਰੇ ਕਦਮਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਰੇ ਮੇਰੇ ਮੌਲਾ ਤੇਰੇ ਕਦਮਾਂ ਦੇ ਵਿੱਚ ਹੀ ਜ਼ਿੰਦਗੀ ਗੁਜ਼ਰੇ ਬੰਦੇ ਸਾਡੇ ਰੋਡ ਦਾ ਨਜ਼ਾਰਾ ਹੁਣ ਲੈਂਦੇ ਹੋਏ ਹਾਂ ਜੀ ਕੀ ਵੇਖਣ ਦੇ ਥੱਲੇ ਮੱਛੀਆਂ ਬਹੁਤ ਹੀ ਜ਼ਿਆਦਾ ਅਭੀ ਜੀ ਡਰ ਲੱਗ ਰਿਹਾ ਹੈ ਬਹੁਤ ਹੀ ਲੱਖਣਪੁਰੇ ਦੇ ਲੱਡੂ ਵੇ ਮੈਂ ਖਾਨੀ ਨਾ ਲੱਖਣਪੁਰੇ ਦੇ ਲੱਡੂ ਵੇ ਮੈਂ ਖਾਨੀ ਨਾ ਤੂੰ ਪਵਨ ਚਟਨੀ ਤੇ ਮੈਂ ਖਾਨੀ ਨਾ ਲਓ ਜੀ ਅਸੀਂ ਪਹੁੰਚ ਗਏ ਲਖਨਪੁਰ ਤੇ ਹੁਣ ਇੱਥੋਂ ਖਾਵਾਂਗੇ ਦਹੀਂ ਪੱਲੇ ਤੇ ਕਰਾਂਗੇ ਬੱਲੇ
ਪੱਲੇ ਨੇ ਦਹੀਂ ਵਾਲੇ ਆਪਾਂ ਸਾਰੇ ਸਾਰੇ ਆਰਡਰ ਕੀਤੇ ਨੇ ਜਿਹਦਾ ਜਿਹੜਾ ਦਿਲ ਕਰਦਾ ਖਾ ਸਕਦਾ ਤੇ ਖੁਸ਼ੀਆਂ ਮਨਾ ਸਕਦਾ ਇਹ ਸ਼ਾਇਦ ਮਸਾਲੇ ਵਾਲੇ ਕਿੱਦਾਂ ਦਾ ਸਵਾਦ ਹੈ ਭਾਜੀ ਵਾਟ ਡੂ ਯੂ ਵਾਂਟ ਟੂ ਸੇ ਠੀਕ ਦਹੀਂ ਵਾਲੇ ਤੇ ਜ਼ਰਾ ਫਿੱਕੇ ਲੱਗੇ ਨੇ ਸਾਨੂੰ ਮਸਾਲੇ ਵਾਲੇ ਖਾ ਕੇ ਵੇਖਦੇ ਹਾਂ ਵੀ ਕਿੱਦਾਂ ਦਾ ਸਵਾਦ ਆਉਂਦਾ ਲੈਟਸ ਟਰਾਈ ਆ ਥੋੜੇ ਠੀਕ ਲੱਗੇ ਉਹਨਾਂ ਨੇ ਕਹੋ ਅੰਮ੍ਰਿਤਸਰ ਦੇ ਖਾ ਕੇ ਵੇਖੋ ਆਓ ਕਦੀ ਅੰਮ੍ਰਿਤਸਰ ਆਓ ਕਦੀ ਅੰਮ੍ਰਿਤਸਰ ਅੰਮ੍ਰਿਤਸਰ ਆ ਭਾਈ ਨੋ ਡਾਊਟ ਇਹ ਇੱਥੋਂ ਦਾ ਮਸ਼ਹੂਰ ਹੈ ਪਰ ਅੰਮ੍ਰਿਤਸਰ ਅੰਮ੍ਰਿਤਸਰ ਆ ਕੀ ਕਹਿਣਾ ਚਾਹੋਗੇ ਮੁੰਡਿਓ ਅੰਮ੍ਰਿਤਸਰ ਅੰਮ੍ਰਿਤਸਰ ਹਾਂ ਚਲੋ ਠੀਕ ਹੈ ਜੀ ਅੰਮ੍ਰਿਤਸਰ ਵੇਰ ਜਾ ਵੇਰ ਜਾ ਅੰਮ੍ਰਿਤਸਰ ਹਾਂ ਪਹਿਲੇ ਖਾਦੇ ਸਰ ਫਿੱਕੇ ਜੇ ਲੱਗੇ ਹੁਣ ਆਪਾਂ ਮਰਚਾਂ ਵਾਲੇ ਮੰਗਾਏ ਆ ਤੇ ਵੇਖਦੇ ਆ ਵੀ ਮਰਚਾਂ ਅਸਰ ਕਰਦੀਆਂ ਆ ਕਿ ਨਹੀਂ ਕਰਦੀਆਂ ਲੂਣ ਪਾਇਆ ਤੇ ਸ਼ੁਗਰ ਹੈ ਭਰਾਵਾ दसो जरा किने किलोमीटर रोटी पानी खा के चाह ना खान लगे बाकर खानी शाम वेखांगे शीला की जवानी ਐ ਬੜੇ ਦਿਨ ਬਾਅਦ ਐ ਆਈਟਮ ਦੇਖੀ ਆ ਦੇਖਣ ਨੂੰ ਬੰਦ ਲੱਗਦਾ ਪਰ ਹੈ ਐਕਚੁਅਲ ਚ ਫੈਨ ਆ ਤੇ ਅਸੀਂ ਇਹਦੇ ਫੈਨ ਹੋ ਗਏ ਨਾਲ ਨਾਲ ਲੂਡੋ ਚੱਲ ਰਹੀ ਹੈ ਤੇ ਨਾਲ ਨਾਲ ਅਸੀਂ ਸਾਡੇ ਮਨੀਸ਼ ਜੀ ਨੇ ਪਿੱਛੇ ਐ ਪੰਕਜ ਜੀ ਨੇ ਐ ਬੜੇ ਸ਼ਰੀਫ ਨੇ ਧੰਨਵਾਦ ਸ਼ੁਕਰੀਆ ਇਦਾਂ ਨਹੀਂ ਲੱਭਣਾ ਨਦਾਨ ਸਾਹਿਬ ਅੱਛਾ ਠੀਕ ਆ ਚੈਨਲ ਨੂੰ ਇਹ ਮੇਰਾ ਵੱਡਾ ਵੀਰਾ ਬਾਕਰ ਖਾਣੀ ਗਾ ਚੈਨਲ ਨੂੰ ਕੀ ਕਰਨਾ ਭਾਜੀ ਪੰਕਜ ਜੀ ਸਾਨੂੰ ਕਹਿ ਰਹੇ ਸੀ ਵੀ ਤੁਸੀਂ ਰੈਸਟ ਕਰ ਲਓ ਤੇ ਉਨੀ ਦੇਰ ਨੂੰ ਨਾਨਕਾ ਮੇਲਾ ਆ ਗਿਆ ਢੋਲ ਲੈ ਗਏ ਤੇ ਆਪਾਂ ਫਿਰ ਨਾਲ ਨਾਲ ਚੰਗਾ ਇੰਜੋਏ ਕੀਤਾ ਭੰਗੜਾ ਚੈੱਕ ਕਰੋ ਤੁਸੀਂ ਸਾਡਾ ਪੰਜਾਬ ਵਾਲੇ ਭੰਗੜੇ ਤੋਂ ਤੁਹਾਨੂੰ ਪਤਾ ਵੈਸੇ ਕਿਆ ਬਾਤ ਨਾਲ ਪਿੱਲੋ ਫਾਈਟ ਵੀ ਚੱਲਣ ਦੀ ਅਭੀ ਦੇ ਵਿਚਾਰੇ ਦੇ ਬਹੁਤ ਸਰਾਣੇ ਮਾਰੇ ਆਪਾਂ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਤੋ ਇਹੀ ਅਰਦਾਸ ਕਰਕੇ ਚੱਲੀ ਕਿ ਸੱਚੇ ਪਾਤਸ਼ਾਹ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਲਾਜ ਰੱਖਣਾ ਇੱਕ ਗੱਲ ਹੈ ਤੁਸੀਂ ਸਾਰਿਆਂ ਨੇ ਸਾਡੇ ਨਾਲ ਨਾਲ ਕਹਿਣੀ ਕੀ ਕਹਿਣਾ ਉਸ ਰਾਂਝੇ ਨੂੰ ਨਹੀਂ ਕਿਹਾ ਜਾ ਰਿਹਾ ਜਿਹਨੂੰ ਸੁਣਾਈ ਦੇ ਰਿਹਾ ਅਸਲ ਚ ਰਾਂਝਾ ਰੱਬ ਦੀ ਗੱਲ ਕੀਤੀ ਗਈ ਹੈ ਤੁਹਾਡੇ ਸਾਰਿਆਂ ਦੇ ਚਰਨਾਂ ਚ ਬੇਨਤੀ ਹੈ ਨਾਲ ਮਿੱਠੀ ਮਿੱਠੀ ਦਾੜੀ ਰੱਖਣੀ ਹੈ ਔਰ ਤੁਹਾਡੀ ਆਵਾਜ਼ ਅਗਰ ਮੇਰੇ ਤੱਕ ਆਏਗੀ ਤਾਂ ਮੈਨੂੰ ਹੋਰ ਆਨੰਦ ਆਏਗਾ ਹੋਰ ਰਸ ਬਣੇਗਾ ਤੋ ਇੱਕ ਲਾਈਨ ਅਸੀਂ ਕਵਾਂਗੇ ਇੱਕ ਤੁਸੀਂ ਕਹਿਣੀ ਹੈ ਰਾਂਝਾ ਲੇਕਿਨ ਦੇਖੋ ਕਿੱਡੇ ਸੋਹਣੇ ਭਾਵ ਲਿਖੇ ਨੇ ਸੰਤਾਂ ਨੇ ਕਹਿੰਦੇ ਮੇਰੇ ਤਨ ਦਾ ਢੋਲ ਬਣਾ ਲਓ ਔਰ ਮੇਰੇ ਹੱਡਾਂ ਦੀਆਂ ਤੀਲੀਆਂ ਬਣਾ ਲਓ ਤੇ ਫੇਰ ਕਹੋ ਵੀ ਮੈਨੂੰ ਪੂਰਾ ਗੁਰੂ ਮਿਲ ਗਿਆ ਤਾਂ ਗੌਰ ਕਰਨਾ ਨਾਲ ਸਾਥ ਵੀ ਦੇਣਾ ਤਨ ਤਾਂ ਬਣ ਜਾਏ ਢੋਲ ਸੋਹਣ
ਚੜਿਆ ਨੀ ਉਹ ਮੈਨੂੰ ਪਗੇ ਦੀ ਦਾ ਨਸ਼ਾ ਜਿਆ ਚੜਿਆ ਨੀ ਉਹ
गौर करना। ए मैं तो चुम चुम नाचूं मेरे सतगुरु आए, मैं तो चुम चुम नाचूं मेरे सतगुरु आए, मैं तो चुम चुम नाचूं मेरे सतगुरु आए, मैं तो चुम चुम नाचूं मेरे सतगुरु आए। ओ सतगुरु आए मेरे सतगुरु आए, सतगुरु आए मेरे सतगुरु आए। अच्छा देखो जी, ना तो असि एडवांस सेवा ते पहुंच सके अजे, ते ना ही समागम लग गया अजे, क्योंकि थोड़े दिन ते पई नहीं, दो चार दिन जिन्ने भी ने। नजारा है गुरु अपने सामने वेखो और फिर कहना की कहना। मैं तो छम छम नाचू मेरे सते गुरु आए, मैं तो छम छम नाचू मेरे सते गुरु आए, मैं तो छम छम नाचू मेरे सते गुरु आए, मैं तो छम छम नाचू मेरे सते गुरु आए। ओ सते गुरु आए मेरे सतगुरु आए, मैं तो चम चम नाचू मेरे सतगुरु आए, मैं तो चम चम नाचू मेरे सतगुरु आए। नाले नचण दा समा, नाले गाउण दा समा, नाले नचण दा समा, नाले गाउण दा समा। ओ सतगुरु कोल चोलियां पराउण दा समा, सतगुरु कोल चोलियां पराउण दा समा, सतगुरु कोल चोलियां पराउण दा समा, सतगुरु कोल चोलियां पराउण दा समा। चलोनी रूह गालोनी रूह हो गई दाते दर्शन करके तेरे, गद गद हो गई दाते दर्शन करके तेरे, जाएंगे चरण में जाने चाने रू, गद 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 हो गई जेड़ा गुरु का इश्क है ਸਭਨਾਂ ਨੂੰ ਜਾਵੇ। ਤੇ ਜਿਹੜੇ ਜਿਹੜੇ ਆਪਣੇ
ਗੁਰੂ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੇ ਨਾਲ ਬਾਣ ਕੇ ਕਹਿਣਾ ਉਹ ਗੁਰੂ ਨਾਲ ਇਸ਼ਕ ਮਿਠਾ ਗੁਰੂ ਨਾਲ ਇਸ਼ਕ ਮਿਠਾ ਉਹ ਗੁਰੂ ਨਾਲ ਇਸ਼ਕ ਮਿਠਾ ਗੁਰੂ ਨਾਲ ਇਸ਼ਕ ਮਿਠਾ I'm
ਸੱਜਣ ਗੁਰੂ ਆਏ ਮੈਂ ਤੋ ਛਮੇ ਛਮੇ ਨੱਚੂ ਮੇਰੇ ਸੱਜੇ ਗੁਰੂ ਆਏ ਮੈਂ ਤੋ ਛਮ 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 ਨੱਚੂ ਮੇਰੇ ਸੱਜੇ ਗੁਰੂ ਆਏ लो जी असि हुण कर रहे हैं वापसी। बहुत सोहना रहा, सारे ने बहुत इंजॉय किया, नचे भी सारे, असि भी नचे। हुण सारे सुते ने गड्डी च, अभी जी सुते आ, प्रधान साहब जाग रहे हैं, सनम जी भी जाग रहे हैं, ड्राइवर साहब सारे जाग रहे हैं, भरा ने ड्राइवर नहीं है साढ़े रतवान। तो बहुत नज़ारा है, लगभग टाइम जो है 2 बज रहे ने रात के, और आप सोचा भी रुक के की करना, वापस चलते हैं। चलो ऐतक का ब्लॉग इन्ना की है, अगे चलती फिर असी होर बनावांगे ब्लॉग, तो फिर दोबारा थोड़े सारे दे रूबरू रखांगे। काफ़ी समय बाद ब्लॉग बना रहे हैं, क्योंकि मेरी आदत नहीं है कि कुछ खा रहे हैं तो चलो जी ब्लॉग बना लीए, या घर ही बह के ब्लॉग बना लीए। कोई खास मूमेंट्स होन जिते कितने जा रहे हैं, या कोई खास पल हो, और वैसे भी तुसी सारे जानते हो आप कभी किसी को लाइक शेयर या कमेंट करने वास्ते भी नहीं किया, क्योंकि ये यादगिरियां ने मैं अपने लिए खास करके बना रहा कि आने वाले समय च मालक जिनी उम्र बख्शी है वेख्या करांगे ते खुश होया करांगे कि मालक ने किन्ने सोहने सोहने पल साडी झोली च पाए। तो शुकराना है सच्चे पातशाह दा। इस तरह असी सारे ही रल मिल के जिवें जिवें मालक चाहुंदा है अपनी जिंदगी बतीत करिए, सारे हंसते खेडते रहिए। बस ठीक है जी, मिलते हैं, ओके बाय, टेक केयर।